ਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਲੀ ਆਈ ਹੋਪ ਸਾਰੀ ਠੀਕ ਹੋਵੇਗੀ ਤੇ ਬਸ ਅੱਜ ਦਾ ਆਪਾਂ ਬਲੌਗ ਸਟਾਰਟ ਕਰਨ ਚੱਲੇ ਸੀਗੇ ਬੱਚਿਆਂ ਨੂੰ ਸਕੂਲ ਛੱਡਿਆਈ ਸੀਗੀ ਮੈਂ ਤੇ ਉਸ ਤੋਂ ਬਾਅਦ ਲੱਗ ਗਈ ਸੀਗੀ ਆਪਣਾ ਨਾਸ਼ਤਾ ਪਾਣੀ ਕਰਕੇ ਮੈਂ ਕਿਹਾ ਚਲੋ ਹੁਣ ਫਟਾਫਟ ਆਪਣਾ ਕੰਮ ਕਰਦੇ ਹਾਂ ਨਾ ਇੱਥੇ ਬਸ ਮੈਂ ਪਹਿਲਾਂ ਕਿਚਨ ਦੀ ਥੋੜੀ ਜਿਹੀ ਚੱਕ ਧਰ ਜੇ ਕਰ ਦੰਨੀ ਆ ਤੇ ਮੈਂ ਥੋੜੀ ਚਾਹ ਰੱਖੀ ਹੋਈ ਸੀਗੀ ਗਰਮ ਕਿਉਂਕਿ ਚਾਹ ਤੋਂ ਬਿਨਾ ਦੇਖੋ ਮੇਰਾ ਸਰੀਰ ਬਿਲਕੁਲ ਵੀ ਨਹੀਂ ਕੰਮ ਕਰਦਾ ਹੈਗਾ ਮੈਂ ਥੋੜੀ ਚਾਹ ਪੀ ਕੇ ਨਾ ਫਿਰ ਇਹਨੂੰ ਵਧੀਆ ਫੁਰਤੀ ਜੀ ਆ ਜਾਂਦੀ ਹੈ ਸਰੀਰ ਦੇ ਵਿੱਚ ਕਿਉਂਕਿ ਅਗਰ ਜੇ ਮੈਂ ਰੋਟੀ ਖਾ ਲੰਨੀ ਹੈ ਨਾ ਅੱਜ ਵੀ ਮੈਨੇ ਰੋਟੀ ਖਾ ਲਈ ਸੀਗੀ ਤੇ ਉਹਦੇ ਕਰਕੇ ਮੈਨੂੰ ਫਿਰ ਸੁਸਤੀ ਚੜ ਜਾਂਦੀ ਹੈ ਤੇ ਮੈਂ ਕਿਹਾ ਚਲੋ ਦੋ ਕੁ ਟੁਕਕਾ ਆਪਾਂ ਚਾਹ ਦੀ ਪੀ ਲੰਨੇ ਆ ਰਮਨੀਤੇ ਦੇ ਡੈਡੀ ਲਈ ਮੈਂ ਬਣਾਈ ਸੀਗੀ ਹੁਣ ਹੀ ਗਏ ਨੇ ਆ ਕੰਮ ਤੇ ਤੇ ਮੈਂ ਕਿਹਾ ਚਲੋ ਹੁਣ ਦਵਾਰੇ ਫਿਰ ਆਪਣੇ ਲਈ ਥੋੜੀ ਜਿਹੀ ਕੋ ਹੋਰ ਬਣਾ ਲੰਨੀ ਆ ਥੋੜੀ ਜਿਹੀ ਬਚੀ ਹੋਈ ਸੀ ਥੋੜੀ ਜਿਹੀ ਕੋ ਹੋਰ ਮੈਂ ਕਿਹਾ ਚਲੋ ਤੇ ਵਿੱਚ ਮੈਂ ਦੁੱਧ ਪਾਤਾ ਸੀਗਾ ਤੇ ਹੁਣ ਮੈਂ ਲੱਗੀ ਸੀਗੀ ਚਲੋ ਸਾਫ ਸਫਾਈਆ ਕਰਨ ਤੇ ਇੱਥੇ ਟਾਈਮ ਹੋ ਗਿਆ ਸੀਗਾ ਸ਼ਾਇਦ 10:30 ਵਜੇ ਦਾ ਟਾਈਮ ਸੀਗਾ ਤੇ ਹੁਣ ਮੈਂ ਸੋਚ ਰਹੀ ਸੀਗੀ ਮੈਂ ਵਿੱਚ ਵਿੱਚ ਫੋਨ ਵੀ ਦੇਖਣ ਲੱਗ ਗਈ ਸੀਗੀ ਤੇ ਮੈਂ ਸੋਚਦੀ ਹੁਣ ਮੈਨੇ फटाफट ਕੰਮ ਕਰਨਾ ਵੀ ਨਾਲੇ ਮੈਂ ਸ਼ਾਨੂੰ ਨੂੰ ਵੀ ਲੈ ਕੇ ਆਣਾ ਹੈ ਨਾ ਇੱਥੇ ਰਮਨੀਤੇ ਦੇ ਡੈਡੀ ਸਵੇਰੇ ਲੈ ਕੇ ਆਏ ਸੀਗੇ ਸਬਜ਼ੀ ਗੋਭੀ ਤੇ ਕद्दू ਲੈ ਕੇ ਆਏ ਸੀਗੇ ਕਿਚਨ ਦੀ ਚੱਕਰ ਜਿ ਕਰਕੇ ਮੈਂ ਕਿਹਾ ਚਲੋ ਐਨੇ ਆਪਣੀ ਚਾਹ ਵਗੈਰਾ ਠੰਡੀ ਹੁੰਦੀ ਹੈ ਮੈਂ ਕਹਿੰਦੇ ਮੈਂ ਥੋੜੀ ਜਿਹੀ ਪੋੜੀਆਂ ਵੀ ਆਪਾਂ ਕਰ ਦੰਨੇ ਆ ਸਾਫਾ ਕਰਦ ਨੇ ਜਿਹੜੀ ਪੋੜੀਆਂ ਚ ਦੇਖੋ ਕਿੰਨਾ ਖਲਾਰਾ ਪਾਇਆ ਪਿਆ ਸਾਡੇ ਤਾਂ ਘਰ ਚ ਪੋੜੀਆਂ ਤੇ ਬਹੁਤ ਜ਼ਿਆਦਾ ਯਾਨੀ ਕਿ ਕੱਪੜੇ ਤੱਕ ਵੀ ਪੋੜੀਆਂ ਦੇ ਉੱਤੇ ਰੱਖੇ ਜਾਂਦੇ ਨੇ ਹਰ ਇੱਕ ਚੀਜ਼ ਪੋੜੀਆਂ ਤੇ ਜਾਂ ਫਿਰ ਆਪਣਾ ਜਿਹੜਾ ਫ੍ਰਿਜ ਹੁੰਦਾ ਜਾਂ ਫਿਰ ਜਿੱਥੇ ਮੇਰੀ ਕੈਂਪਰ ਰੱਖੀ ਹੋਈ ਹੈ ਕਿਚਨ ਵਾਲੇ ਕਾਊਂਟਰ ਤੇ ਹੈਨਾ ਕਿਨਾਰੀ ਜੀ ਦੇ ਉੱਥੇ ਸਮਾਨ ਹੁੰਦਾ ਉੱਥੇ ਕੱਪੜੇ ਵਗੈਰਾ ਨਹੀਂ ਹੁੰਦੇ ਉਹ ਛੋਟਾ ਮੋਟਾ ਜਿਵੇਂ ਕੋਈ ਪੈਨ ਪੈਨਸਲ ਰੇਜ਼ਰ ਵਗੈਰਾ ਉਹ ਮਿਲ ਜਾਣਗੇ ਆ ਤੇ ਇੱਥੇ ਦੇਖੋ ਰਮਨੀਤ ਦੇ ਰੈਡੀ ਸਮਾਨ ਦੇ ਵਿੱਚ ਆ ਪਤਾ ਨਹੀਂ ਕੀ ਸੀਗੇ ਉਹ ਸੀ ਛੋਟੇ ਛੋਟੇ ਕੀ ਕਹਿੰਦੇ ਨੇ ਆਵਲਾ ਹੈ ਨਾ ਟਿੱਠੇ ਜਿਹੋ ਉਹ ਕਹਿੰਦੇ ਨੇ ਜਿਹੜੇ ਉਹ ਸੀਗੇ ਬਿਲਕੁਲ ਛੋਟੇ ਜਿਹੇ ਸੀਗੇ ਤੇ ਸ਼ਾਇਦ ਰਮਨੀਤੇ ਦੇ ਡੈਡੀ ਕੱਚੀ ਤੋੜ ਲਏ ਸੀਗੇ ਤੇ ਉਹ ਸਮਾਨ ਜਾਂ ਕੁਛ ਆਲੂ ਪਿਆਜ਼ ਬਚੇ ਹੋਏ ਸੀਗੇ ਉਹ ਵੀ ਮੈਂ ਖੋਲ ਕੇ ਚਲੋ ਬਾਸਕਟ ਦੇ ਵਿੱਚ ਪਾ ਕੇ ਰੱਖਤਾ ਸੀਗਾ ਤੇ ਇੱਥੇ ਵੀ ਆਪਾਂ ਪੋੜੀਆਂ ਵਗੈਰਾ ਸਾਰੀ ਸੰਭਰ ਲੈਣੇ ਆ ਤੇ ਫਰੈਂਡ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਆਪਣੇ ਵੀਡੀਓ ਤੇ ਚੈਨਲ ਤੇ ਨਿਊ ਆਇਆ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਸਬਸਕ੍ਰਾਈਬ ਵੱਧ ਤੋਂ ਵੱਧ ਘਰਿਆ ਕਰੋ ਯਾਨੀ ਸ਼ੇਅਰ ਵੀ ਕਰਿਆ ਕਰੋ ਹੈਨਾ ਪਲੀਜ਼ ਮੇਰੀ ਹੈਲਪ ਕਰੋ ਸਪੋਰਟ ਕਰੋ ਮੈਨੂੰ ਬਹੁਤ ਜ਼ਿਆਦਾ ਲੋਡ ਹੈ ਤੇ ਹੈਲਪ ਵੀ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰੋ ਵੀਡੀਓ ਨੂੰ ਹੈਨਾ ਜਿਨ੍ਹਾਂ ਨੇ ਕਮੈਂਟ ਨਹੀਂ ਕਰਿਆ ਹੈਗਾ ਯਾਨਕਿ ਵੀਡੀਓ ਦੇਖ ਕੇ ਫਿਰ ਤੁਸੀਂ ਕਮੈਂਟ ਕਰਨਾ ਕਿ ਕਿੱਦਾਂ ਦੀ ਤੁਹਾਨੂੰ ਆਪਣਾ ਵਲੌਗ ਲੱਗਦਾ ਹੈਨਾ ਵੀਡੀਓ ਲੱਗਦੀ ਹੈ ਤੇ ਜਿਹੜੇ ਕਮੈਂਟ ਨਹੀਂ ਕਰਦੇ ਹੈਗੇ ਉਹ ਵੀ ਪਲੀਜ਼ ਕਮੈਂਟ ਕਰਿਆ ਕਰੋ ਥੋੜਾ ਜਿਹਾ ਮੈਨੂੰ ਮੋਟੀਵੇਟ ਕਰੋ ਕਈ ਵਾਰੀ ਕੀ ਹੁੰਦਾ ਹੈ ਵੀਡੀਓ ਨਾ ਜਦੋਂ ਡਾਉਨ ਤੇ ਚਲੇ ਜਾਂਦੇ ਵਿਊਜ਼ ਡਾਉਨ ਚਲੇ ਜਾਂਦੇ ਨੇ ਤਾਂ ਫਿਰ ਯਾਨਕਿ ਬਣਾਉਣ ਦਾ ਫਿਰ ਜੀ ਨਹੀਂ ਕਰਦਾ ਹੈਗਾ ਇਸ ਕਰਕੇ ਤੁਸੀਂ ਥੋੜੇਕ ਵਧੀਆ ਐਨ ਕਮੈਂਟ ਕਰਿਆ ਕਰੋ ਜਿਹਦੇ ਨਾਲ ਮੈਨੂੰ ਥੋੜੀ ਜਿਹੀ એનર્ਜੀ ਮਿਲੀ ਜਾਵੇ ਜਿਹੜੇ ਤੁਹਾਡੇ ਕਮੈਂਟ ਹੁੰਦੇ ਨੇ ਨਾ ਜਿਵੇਂ ਪਾਲਕ ਦੇ ਵਿੱਚ ਵਿਟਾਮਿਨ ਲਾ ਲਓ ਹੈਨਾ ਕਿੰਨੀ ਤਾਕਤ ਹੁੰਦੀ ਹੈ ਐਵੇਂ ਮੈਨੂੰ ਬਹੁਤ ਜ਼ਿਆਦਾ ਤੁਹਾਡੇ ਕਮੈਂਟ ਪੜ੍ਹ ਕੇ ਫਿਰ એનર્ਜੀ ਜੀ ਆ ਜਾਂਦੀ ਹੁੰਦੀ ਹੈ ਹੈਨਾ ਪਲੀਜ਼ ਤੁਸੀਂ ਵੱਧ ਤੋਂ ਵੱਧ ਵਧੀਆ ਵਧੀਆ ਸੁਣ ਸੁਣੇ ਕਮੈਂਟ ਕਰਿਆ ਕਰੋ ਤੇ ਚਲੋ ਜੀ ਅੰਦਰੋਂ ਝਾੜੂ ਕੱਢ ਕੇ ਤੇ ਹੁਣ ਮੈਂ ਬਾਹਰੋਂ ਵੀ ਲੱਗ ਗਈ ਸੀਗੀ ਝਾੜੂ ਕੱਢਣ ਇੱਥੇ ਵੀ ਦੇਖੋ ਸਾਰਾ ਸਮਾਨ ਐਂਜੀ ਪਿਆ ਸੀਗਾ ਤੇ ਆਹ ਬੋਰੇ ਦੇ ਵਿੱਚ ਗੱਟੇ ਦੇ ਵਿੱਚ ਪਿਆ ਰਮਣੀ ਤੇ ਤੇ ਡੈਡੀ ਦੇ ਭਾਂਡੇ ਪਾਏ ਨੇ ਮੰਜਣ ਵਾਲੇ ਹੋਣਗੇ ਤੇ ਮੈਂ ਹਲੇ ਨਹੀਂ ਕੱਢੇ ਹੈਗੇ ਮੈਂ ਖਾ ਚਲੋ ਇਹਨਾਂ ਨੂੰ ਮੈਂ ਬਾਅਦ 'ਚ ਹੀ ਦੇਖਾਂਗੀ ਬਸ ਜਿਹੜਾ ਸਮਾਨ ਹੋਰ ਸੀਗਾ ਉਹ ਕੱਪੜੇ ਵਗੈਰਾ ਉਹਨਾਂ ਦੇ ਮੈਂ ਧੋਤੇ ਸੀਗੇ ਉਹ ਮੈਂ ਕੱਲ ਧੋਤੇ ਸੀਗੇ ਤੇ ਇਹ ਰਹਿ ਗਏ ਸੀਗੇ ਵੀ ਭਾਂਡੇ ਮੈਂ ਮੰਜਾਂਗੇ ਜਦੋਂ ਮੈਨੂੰ ਟਾਈਮ ਲੱਗ ਗਿਆ ਹੈਨਾ ਤੇ ਹੁਣ ਬਸ ਮੈਨੂੰ ਐ ਸੀਗਾ ਵੀ ਇੱਧਰ ਧੁੱਪ ਨਾ ਜਾਵੇ ਮੈਂ ਫਟਾਫਟ ਮੈਂ ਖਾ ਝਾੜੂ ਝੂੜੂ ਇੱਧਰ ਲਗਾ ਦੰਨੀ ਆ ਸਾਫ ਸਫਾਈ ਆ ਜੀ ਆਪਾਂ ਕਰ ਲੈਣੇ ਹੈਨਾ ਜਦੋਂ ਜਦ ਤੱਕ ਆਪਾਂ ਝਾੜੂ ਵਗੈਰਾ ਪੋਚੇ ਆਪਾਂ ਨਹੀਂ ਲਾਉਂਦੇਗਾ ਤੱਕ ਸਾਫ ਸਾਫ ਜਾਂ ਨਹੀਂ ਲੱਗਦਾ ਹੈਗਾ ਤੇ ਇੱਥੇ ਵੀ ਚਲੋ ਆਪਾਂ ਝਾੜੂ ਵਗੈਰਾ ਸਾਰਾ ਲਗਾ ਦੇਵਾਂਗੇ ਇੱਥੇ ਰਮਨੀਤ ਦੇ ਡੈਡੀ ਕਹ ਰਹੇ ਸੀਗੇ ਵੀ ਆਪਾਂ ਥੋੜਾ ਇੱਥੇ ਕੋਲਵਾਜਾ ਚਲੋ ਪਾ ਲਵਾਂਗੇ ਹੈਨਾ ਸਿਮਿੰਟ ਦਾ ਪਰ ਹਾਲੇ ਨਹੀਂ ਪਾਵਾਂਗੇ ਠਹਿਰ ਕੇ ਜੀ ਪਾਵਾਂਗੇ ਹੁਣ ਤਾਂ ਦੇਖਦੇ ਆ ਵੀ ਕਦੋਂ ਪਊਗਾ ਤੇ ਇੱਥੇ ਮੈਂ ਜਿਹੜੇ ਰਾਤ ਕੱਪੜੇ ਧੋਤੇ ਸੀਗੇ ਉਹ ਸੁੱਕਣੇ ਲਾਏ ਸੀਗੇ ਇਹ ਪਾਸੇ ਸੁੱਕਣ ਵਾਲੇ ਸੀਗੇ ਤੇ ਇਹਨਾਂ ਨੂੰ ਮੈਂ ਥੋੜੀ ਕਿ ਦੇਰ ਤੱਕ ਚਲੋ ਤਾਰਾਂਗੀ ਮੈਂ ਇਹਨਾਂ ਨੂੰ ਮੈਂ ਅੰਦਰੋਂ ਕੰਮ ਵਗੈਰਾ ਕਰ ਲੈਣੀ ਆ ਅੱਧੇ ਆਪਣੇ ਸੁੱਕਣੇ ਪਾਣੇ ਰਹਿ ਗਏ ਸੀਗੇ ਮੈਂ ਉੱਪਰ ਪਾ ਕੇ ਨਹੀਂ ਆਈ ਹੈਗੀ ਮੈਨੂੰ ਸਿਰਫ ਬੱਸ ਕੋਲ ਹੋ ਰਹੀ ਸੁੱਕ ਮਿੰਟਾਂ 'ਚ ਜਾਣਗੇ ਪਰ ਮੈਨੂੰ ਧਾਰਨੇ ਥੋੜੇ ਜਿਹਾ ਕੋਖੇ ਲੱਗਣਗੇ ਮੈਂ ਚਲੋ ਹਵਾ ਵਧੀਆ ਚੱਲੀ ਜਾਂਦੀ ਹੈ ਤੇ ਧੁੱਪ ਵੀ ਕਰਾਰੀ ਸੀਗੀ ਤੇ ਮੈਂ ਕਿਹਾ ਚਲੋ ਹੁਣ ਮਿੰਟਾਂ 'ਚ ਸੁੱਕ ਜਾਣਗੇ ਅੱਧੇ ਘੰਟੇ ਤੱਕ ਹੈਨਾ ਇਸ ਕਰਕੇ ਮੈਂ ਸਾਰੇ ਕੱਪੜੇ ਫਿਰ ਮੈਂ ਕਿਹਾ ਬਾਅਦ 'ਚ ਪਾਵਾਂਗੇ ਇਹਨਾਂ ਨੂੰ ਤੇ ਇੱਥੇ ਵੈ ਸਾਰੇ ਪਲਾਂਟ ਨੂੰ ਆਪਾਂ ਪਾਣੀ ਵਗੈਰਾ ਵੀ ਦੇਤਾ ਦੇ ਦਾਂਗੇ ਤੇ ਇੱਥੇ ਜਿਹੜਾ ਬਚ ਗਿਆ ਸੀਗਾ ਆਪਾਂ ਇੱਥੇ ਛਿੜਕਾਅ ਵਜਾ ਕਰ ਦਾਂਗੇ ਖੁਸ਼ਬੂ ਜਦੋਂ ਮਿੱਟੀ ਦੇ ਵਿੱਚ ਪਾਣੀ ਛਿੜਕਦੇ ਆ ਨਾ ਤਾਂ ਬਹੁਤ ਸੋਹਣੀ ਖੁਸ਼ਬੂ ਆਉਂਦੀ ਹੁੰਦੀ ਹੈ ਐਂਡ ਫਰੈਸ਼ ਫਰੈਸ਼ੈਂਸ ਸੋਹਣੀ ਬਹੁਤ ਲੱਗਦੀ ਹੁੰਦੀ ਹੈ ਤੇ ਚਲੋ ਜੀ ਉੱਧਰ ਤਾਂ ਆਪਾਂ ਨਵੇੜ ਕੇ ਤੇ ਹੁਣ ਆਗੇ ਸੀਗੇ ਮੈਂ ਇੱਧਰ ਤੇ ਇੱਥੇ ਮੈਂ ਪਹਿਲਾਂ ਮੈਂ ਲਗਾਵਾਂਗੀ ਆਪਣੇ ਮੋਪ ਨਾਲ ਪੋਚਾ ਲਗਾਵਾਂਗੇ ਯਾਨਕਿ ਗਿੱਲਾ-ਗਿੱਲਾ ਲਗਾ ਰਹੀ ਸੀਗੀ ਬਿਲਕੁਲ ਐਂਡ ਮੈਂ ਅਗਰ ਜੇ ਕੋਈ ਦਾਗ-ਦੂਗ ਜਹ ਹੋਊਗਾ ਥੋੜੇ ਜੇ ਦੇਰ ਤੱਕ ਉਹ ਹੋ ਜਾਣਗੇ ਹਨਾ ਗਿੱਲਾ-ਗਿੱਲਾ ਲਗਾ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਹੱਥ ਨਾਲ ਲਗਾਵਾਂਗੀ ਇਸ ਕਰਕੇ ਮੈਂ ਪੂਰਾ ਐਨ ਗਿੱਲਾ ਪੋਚਾ ਲਗਾ ਰਹੀ ਸੀਗੀ ਤੇ ਹੱਥ ਨਾਲ ਹੁਣ ਜਦੋਂ ਲਗਾਵਾਂਗੇ ਨਾ ਥੋੜਾ ਘਰ ਅੜ ਕੇ ਜ਼ੋਰ ਪਾ ਕੇ ਲਗਾਵਾਂਗੇ ਤਾਂ ਸਾਰੇ ਕੋਈ ਵੀ ਦਾਗ ਦੂਜੇ ਲੱਗਿਆ ਹੋਊਗਾ ਹੈਨਾ ਸਾਰਾ ਉੱਤਰ ਜਾ ਹੁੰਦਾ ਤੇ ਐਵੇਂ ਮਿਹਨਤ ਵੀ ਥੋੜੀ ਜਿਹੀ ਘੱਟ ਹੁੰਦੀ ਹੈ ਪਹਿਲਾਂ ਮੈਂ ਸੋਚ ਰਹੀ ਸੀਗੀ ਵੀ ਐਵੇਂ ਲਗਾਵਾਂ ਫਿਰ ਮੈਂ ਸੋਚਿਆ ਨਹੀਂ ਵੀ ਪਹਿਲਾਂ ਮੈਂ ਸਟੈਂਡਿੰਗ ਪੋਚੇ ਨਾਲ ਲਗਾ ਲੈਂਦੀ ਹ ਗਿੱਲਾ-ਗਿੱਲਾ ਜਾ ਹੋ ਜੂਗਾ ਐਨ ਸਾਫ਼ ਹੋ ਜੂਗਾ ਤੇ ਹੱਥ ਵਧੀਆ ਫਿਰ ਜੂਗਾ ਹਨਾ ਤੇ ਉਸ ਤੋਂ ਬਾਅਦ ਮੈਂ ਕਹਾ ਚਲੋ ਆਪਾਂ ਹੱਥ ਨਾਲ ਲਗਾਵਾਂਗੇ ਤੇ ਥੋੜੀ ਜਿਹੀ ਆਪਣੀ ਪ੍ਰੈਕਟਿਸ ਵੀ ਹੋ ਜੂਗੀ ਇਸ ਕਰਕੇ ਮੈਂ ਲਗਾਉਂਦੀ ਸੀਗੀ ਮੈਂ ਬੱਸ بار-बार ਨਾ ਟਾਈਮ ਵੀ ਚੈੱਕ ਕਰੀ ਜਾਂਦੀ ਸੀ ਕਿ ਮੈਨੂੰ ਵੀ ਮਤਲਬ ਕਿ ਮੈਨੇ ਛੇਤੀ-ਛੇਤੀ ਕੰਮ ਕਰਨਾ ਕਿਉਂਕਿ ਮੈਨੂੰ ਸ਼ਾਨੂ ਨੂੰ ਵੀ ਲੈ ਕੇ ਆਉਣਾ ਹੈ ਨਾ ਤੇ ਮੈਂ ਕਿਹਾ ਚਲੋ 10 ਮਿੰਟਾਂ ਦੇ ਅੰਦਰ 10 ਮਿੰਟ ਦਿੱਤੇ ਸੀ ਕਿ ਮੈਂ 10 ਮਿੰਟਾਂ 'ਚ ਮੈਂ ਪੋਚਾ ਲਾਉਣਾ ਸੀਗਾ 10 ਮਿੰਟਾਂ 'ਚ ਮੈਂ ਕਿਚਨ ਸੰਵਾਰਨੀ ਸੀਗੀ ਟਾਈਮ ਦੇਖ-ਦੇਖ ਕੇ ਕੰਮ ਕਰ ਰਹੀ ਸੀਗੀ ਇਹ ਬਹੁਤ ਵਧੀਆ ਮੈਨੂੰ ਲੱਗਿਆ ਵੀ ਅਗਰ ਆਪਾਂ ਟਾਈਮ ਦੇਖ-ਦੇਖ ਕੇ ਕੋਈ ਵੀ ਕੰਮ ਕਰਦੇ ਹਾਂ ਨਾ ਤਾਂ ਉਹ ਮਿੰਟਾਂ 'ਚ ਹੋ ਜਾਂਦਾ ਇਹ ਬਹੁਤ ਵਧੀਆ ਮੈਨੂੰ ਟਿਪਸ ਲੱਗੇ ਨੇ ਇਹ ਤੇ ਤੁਸੀਂ ਵੀ ਕਦੇ ਟਾਈਮ ਦੇਖ ਕੇ ਕਰਿਓ ਕੋਈ ਵੀ ਕੰਮ ਉਹ ਦੇਖਿਓ ਅਗਰ ਜੇ ਤੁਹਾਨੂੰ 10 ਮਿੰਟ ਲੱਗਦੇ ਨੇ ਹਨਾ ਕੰਮ ਕਰਨ ਨੂੰ ਆਪਾਂ ਨੇਚਰਲੀ ਜੇ ਆਪਾਂ 10 ਮਿੰਟਾਂ ਚ ਕਰਦੇ ਆ ਤਾਂ ਉਹ ਆਪਣਾ 5-7 ਮਿੰਟਾਂ ਚ ਦੇਖੋ ਕੰਮ ਹੋ ਜਾਂਦਾ ਤੇ ਮੈਂ ਹੁਣ ਐਂ ਕਰ ਰਹੀ ਸੀਗੀ ਮੈਂ ਕੰਮ ਤਾਂ ਵੈਸੇ ਲੇਟ ਲੱਗੀ ਸੀਗੀ ਕਰਨ ਪਰ ਮੇਰਾ ਕੰਮ ਯਾਨਕਿ ਛੇਤੀ ਹੋ ਗਿਆ ਸੀਗਾ ਬਾਰ-ਬਾਰ ਮੈਂ ਆਪਣਾ ਟਾਈਮ ਦੇਖ ਰਹੀ ਸੀਗੀ ਮੈਨੂੰ ਇੰਨੇ ਕ ਟਾਈਮ ਤੱਕ ਯਾਨੀ ਮੈਂ 12:30 ਵਜੇ ਤੱਕ ਮੈਂ ਸਾਰੇ ਕੰਮ ਕਰਨੇ ਸੀਗੇ ਯਾਨਕਿ ਇਹ ਡੈਡੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਹ ਡੈਡੀ ਨੇ ਆਉਣਾ ਸੀਗਾ ਰੋਟੀ ਖਾਣ ਅੱਜ ਆਪਣੇ ਲੋਕਲ ਹੀ ਨੇ ਤੇ ਫਿਰ ਉਹ ਰੋਟੀ ਖਾਣ ਆਉਣਗੇ ਨਾ ਇਸ ਕਰਕੇ ਤੇ ਇੱਥੇ ਦੇਖੋ ਪੋਚਾ ਆਪਣਾ ਲੱਗ ਗਿਆ ਸੀਗਾ ਤੇ ਉਹ ਕੱਪੜੇ ਸੁੱਕ ਗਏ ਸੀਗੇ ਤੇ ਮੈਂ ਕਿਹਾ ਚਲੋ ਹੁਣ ਆਪਾਂ ਫਟਾਫਟ ਜਿਹੜੇ ਕੱਪੜੇ ਰਹਿ ਗਏ ਸੀਗੇ ਉਹਨਾਂ ਨੂੰ ਵੀ ਆਪਾਂ ਪਾ ਦੰਨੇ ਇਹਨਾਂ 'ਚ ਵੀ ਚਲੋ ਹਵਾ ਧੁੱਪ ਵਗੈਰਾ ਲੱਗ ਜੂਗੀ ਸੁੱਕ ਜਾਣਗੇ ਇਹ ਵੀ ਬਸ ਉੱਪਰ ਜਾਣ ਦੇ ਮੈਨੂੰ ਘੋਲ ਕਰਕੇ ਦੇਖੋ ਮੈਨੂੰ ਥੋੜਿਆ ਕਿਨ ਕਿ ਵੇਟ ਕਰਨਾ ਪਿਆ ਕੱਪੜੇ ਸੁਕਣੇ ਲਾਉਣ ਦਾ ਜਿਹਦੇ ਕਰਕੇ ਥੋੜੇ ਜਿਹਾ ਕਿਨਾਂ 'ਚ ਬਲ ਵੀ ਪੈ ਗਏ ਸੀਗੇ ਤੇ ਇੱਥੇ ਦੇਖੋ ਇੱਥੇ 11:30 ਹੋ ਗਏ ਸੀਗੇ بس ایتھے ਹੁਣ ਮੇਰੀ ਕਿਚਨ ਤੇ ਭਾਂਡੇ ਰਹਿ ਗਏ ਸੀਗੇ ਮੈਂ ਕਿਹਾ ਚਲੋ ਹੁਣ ਫਟਾਫਟ ਮੈਂ ਆਪਾਂ ਕਿਚਨ ਵੀ ਸਾਫ਼ ਕਰਦੇ ਆ ਤੇ ਮੈਂ ਨਹਾਉਣਾ ਵੀ ਸੀਗਾ ਮੈਂ ਭਾਂਡੇ ਭੁੰਡੇ ਮਾਂਜ ਕੇ ਤੇ ਫਿਰ ਆਪਾਂ ਨਹਾਵਾ ਧੋਵਾਂਗੇ ਤੇ ਇੱਕ ਵਰਮਾ ਦੀ ਆਈਡੀ ਤੋਂ ਆਪਾਂ ਨੂੰ ਬਾਰ-ਬਾਰ ਕਮੈਂਟ ਆ ਰਿਹਾ ਉਹ ਕਹੀ ਜਾਂਦੇ ਨੇ ਕਿ ਵੀ ਤੁਸੀਂ ਬਿਨਾ ਚਾਕੂ ਤੋਂ ਬਿਨਾ ਉਹ ਤੋਂ ਕਹਿੰਦੇ ਤੁਸੀਂ ਅਫਾੜ ਕੇ ਦਿਖਾਓ ਹੈਨਾ ਮੈਂ ਤਾਂ ਬਹੁਤ ਜ਼ਿਆਦਾ ਤੰਗ ਆ ਗਈ ਆ ਤੇ ਪਤਾ ਨਹੀਂ ਕੀ ਗੱਲ ਹੈ ਇਹਨੂੰ ਮੈਂ ਜਵਾਬ ਵੀ ਦੇਤਾ ਵੀ ਮੇਰੇ ਘਰੇ ਤਾਂ ਦੇਖੋ ਕੈਂਚੀਆਂ ਹੈਗੀਆਂ ਨੇ ਕੈਂਚੀ ਨੇ ਕਾਟਰ ਨੇ ਚਾਕੂ ਵਗੈਰਾ ਨੇ ਵੀ ਮੈਂ ਕਿਉਂ ਕੱਟਾ ਹੈ ਨਾ ਪਤਾ ਨਹੀਂ ਕੀ ਗੱਲ ਹੈ ਵੀ ਪਤਾ ਨਹੀਂ ਤੇ ਕਹਿੰਦੇ ਨੇ ਵੀ ਹੈ ਨਾ ਮੈਂ ਪਹਿਲਾਂ ਵੀ ਇਹਨਾਂ ਦੇ ਦੂਜੇ ਚੈਨਲ ਤੇ ਵੀ ਦੇਖਿਆ ਸੀਗਾ ਇਹਨਾਂ ਦਾ ਇਹੀ ਕਮੈਂਟ ਸੀਗਾ ਪਰ ਮੈਨੂੰ ਐ ਨਹੀਂ ਪਤਾ ਸੀਗਾ ਕਿ ਇਹੀ ਨੇ ਪਰ ਇੱਕ ਹੋਰ ਆਪਣੀ ਦੀਦੀ ਨੇ ਦੱਸਿਆ ਸੀਗਾ ਕਿ ਇਹ ਹਰ ਇੱਕ ਚੈਨਲ ਤੇ ਜਾ ਕੇ ਐਦਾਂ ਦੀ ਕਮੈਂਟ ਕਰਦੇ ਹੁੰਦੇ ਨੇ ਇਹੀ ਕਮੈਂਟ ਫਿਰ ਮੈਂ ਕਿਹਾ ਨਹੀਂ ਇਹਨਾਂ ਦਾ ਰਿਪਲਾਈ ਦੇਣਾ ਆਪਾਂ ਨੂੰ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਪਰ ਫਿਰ ਵੀ ਮੈਂ ਅੱਜ ਇਹਨਾਂ ਨੂੰ ਰਿਪਲਾਈ ਦਿੱਤਾ ਸੀਗਾ ਤੇ ਇਸ ਕਰਕੇ ਦੇਖੋ ਆਪਾਂ ਨੂੰ ਅਗਰ ਕੋਈ ਚੀਜ਼ ਆਪਣਾ ਨਹੀਂ ਕਰਨ ਨੂੰ ਜੀ ਕਰਦਾ ਆਪਾਂ ਨੂੰ ਉਹ ਕੰਮ ਨਹੀਂ ਕਰਨਾ ਚਾਹੀਦਾ ਹੈਗਾ ਤੇ ਕਈ ਵਾਰੀ ਕਹਿ ਦਿੰਦੇ ਨੇ ਕੋਈ ਕਿੱਦਾਂ ਦਾ ਕਮੈਂਟ ਕਰ ਦਿੰਦਾ ਦੇਖੋ ਕੋਈ ਕਿੱਦਾਂ ਦਾ ਆਪਾਂ ਨਹੀਂ ਉਹਨਾਂ ਦੇ ਪਿੱਛੇ ਲੱਗਣ ਵਾਲੇ ਹੈਗੇ ਆ ਅਗਰ ਜੇ ਕੋਈ ਵਧੀਆ ਕੋਈ ਚੀਜ਼ ਕਹੇ ਹੈ ਨਾ ਉਹ ਤਾਂ ਉਹ ਤਾਂ ਆਪਾਂ ਚਲੋ ਕਰ ਦੇਈਦਾ ਪਰ ਐਵੇਂ ਥੋੜਾ ਨਾ ਵੀ ਦੱਸੋ ਬੀਨਾ ਚਾਕੂ ਤੋਂ ਫਿਲਹਾਲ ਮੈਂ ਤਾਂ ਦੇਖੋ ਮੈਟ ਮੂਡ ਬਣਾਉਂਦੀ ਦੇਖੋ ਮੈਨੂੰ ਤਾਂ ਲੋੜ ਹੈ ਨਹੀਂਗੀ ਤੇ ਮੈਂ ਨਹੀਂ ਬਣਾਉਂਦੀ ਹੁੰਦੀ ਐ ਮੈਟ ਵਗੈਰਾ ਅਗਰ ਜੇ ਬਣਾਣਾ ਵੀ ਹੁੰਦਾ ਚਲ ਫਿਰ ਵੀ ਆਪਾਂ ਉਹ ਕਰ ਲੈਂਦੇ ਹੈ ਨਾ ਇਸ ਕਰਕੇ ਤੇ ਇੱਥੇ ਦੇਖੋ ਜੀ ਮੈਂ ਫਟਾਫਟ ਨਹਾ ਕੇ ਆ ਗਈ ਸੀਗੀ ਤੇ ਇੱਥੇ 12 ਵਜ ਗਏ ਸੀਗੇ ਨਹੀਂ 12 ਵਜੇ ਚ 10 ਮਿੰਟ ਰਹਿ ਗਏ ਸੀਗੇ ਮੈਂ 15 ਮਿੰਟਾਂ ਚ ਆਪਣੇ ਕਿਚਨ ਚੋਂ ਲੋ ਸਾਫ ਕਰਤੀ ਸੀਗੀ ਤੇ ਫਿਰ ਮੈਂ ਨਹਾ ਲਈ ਸੀਗੀ 12 ਵਜ ਗਏ ਸੀਗੇ ਇੱਥੇ ਹਾਂ ਸਹੀ ਹੈ ਨਾ ਤੇ ਬਸ ਮੈਂ ਨਹਾ ਕੇ ਹੁਣ ਫਟਾਫਟ ਵਾਲ ਆਪਣੇ ਵਾਲ ਨਹੀਂ ਅੱਜ ਤਾਂ ਮੈਂ ਲੱਗੀ ਸੀਗੀ ਗੁੱਤ ਕਰਨ ਮੈਂ ਕਿਹਾ ਗੁੱਤ ਕਰ ਲੈਣੀ ਆ ਕਈ ਦਿਨ ਹੋ ਗਏ ਪਰ ਮੈਨੂੰ ਆਪਣਾ ਰਵੜ ਵੈਨ ਨਹੀਂ ਮਿਲਿਆ ਸੀਗਾ ਬਹੁਤ ਜ਼ਿਆਦਾ ਮੈਨੂੰ ਗੰਦੀ ਆਤਮਾ ਆਪਣਾ ਰਵੜ ਵੈਨ ਰੱਖ ਕੇ ਭੁੱਲ ਜੰਨੀ ਹੁੰਨੀ ਆ ਗੁੰਮ ਹੀ ਜਾਂਦੇ ਨੇ ਮੇਰ ਤੋਂ ਇਸ ਕਰਕੇ ਤੇ ਫਿਰ ਇਸ ਕਰਕੇ ਫਿਰ ਮੈਂ ਆਪਣਾ ਕਲੱਚ ਦੀ ਲਗਾ ਲਿਆ ਸੀਗਾ ਜੂੜਾ ਜਾ ਬਣਾ ਲਿਆ ਸੀਗਾ ਤੇ ਹੁਣ ਮੈਂ ਲੱਗ ਗਈ ਸੀਗੀ ਨਾਲ ਦੀ ਨਾਲ ਆਪਾਂ ਮੈਂ ਕਿਹਾ ਚਲੋ ਬੇਟੇ ਦੇ ਨਾ 10 ਮਿੰਟ ਰਹਿ ਗਏ ਸੀਗੇ 10 ਹਾਂ 15 ਮਿੰਟ ਰਹਿ ਗਏ ਸੀਗੇ ਤੇ ਇਹ ਜੜੀ ਦਾ ਫੋਨ ਆ ਗਿਆ ਸੀਗਾ ਹਨਾ ਉਹ ਕਹਿੰਦੇ ਵੀ ਪਹਿਲਾਂ ਤਾਂ ਇੰਜ ਕਹਰੇ ਸੀਗੇ ਸਵੇਰੇ ਕਹਿ ਕੇ ਗਏ ਸੀਗੇ ਵੀ ਮੈਂ ਲੈ ਆਵਾਂਗਾ ਵੀ ਸ਼ਾਨੂੰ ਦੇ ਟਾਈਮ ਹੀ ਮੈਂ ਆ ਜਾਣਾ ਰੋਟੀ ਖਾਣ ਇਸ ਕਰਕੇ ਤੇ ਹੁਣ ਉਹਨਾਂ ਦਾ ਫੋਨ ਆਇਆ ਕਹਿੰਦੇ ਵੀ ਮੈਂ ਤਾਂ ਆਣਾ ਨਹੀਂ ਹੈਗਾ ਵੀ ਆਪੀ ਜਾ ਕੇ ਲੈ ਆਈ ਇਸ ਕਰਕੇ ਮੈਂ ਕਿਹਾ ਹਾਏ ਮੈਂ ਕਿਹਾ ਹੁਣ ਮੈਂ ਨਾਲ ਦੀ ਨਾਲ ਮੈਂ ਕਿਹਾ ਮੈਂ ਸਬਜ਼ੀ ਵੀ ਨਹੀਂ ਬਣਾਈ ਹੈਗੀ ਤੇ ਤੁਸੀਂ ਕਹਿੰਦੇ ਵੀ ਉਹਨੂੰ ਵੀ ਲੈ ਕੇ ਆਉਣਾ ਫਿਰ ਮੈਂ ਕਿਹਾ ਚਲੋ ਮੈਂ फटाफट ਦੇਖਦੀ ਮੈਂ ਕਿਹਾ ਹੁਣ ਤੁਸੀਂ ਚਲੋ ਥੋੜਾ ਇੱਕ ਠਹਿਰ ਕੇ ਆ ਜਿਓ ਐਧਾ ਘੰਟਾ ਲੇਟ ਹੀ ਆ ਜਿਓ 1 ਵਜੇ ਤੋਂ ਮੈਂ ਕਿਹਾ ਚਲ ਤੁਸੀਂ ਬਾਅਦ ਹੀ ਆ ਜਿਓ ਹੈਨਾ 1:30 1 ਵਜੇ ਆਇਓ ਮੈਂ ਕਿਹਾ ਤੁਸੀਂ ਤੇ ਹੁਣ ਮੈਂ फटाफट ਸਬਜ਼ੀ ਕੱਟਣ ਲੱਗੀ ਸੀ ਕਿ 10 ਮਿੰਟਾਂ ਦੇ ਅੰਦਰ ਅੰਦਰ ਮੈਂ ਕਿਹਾ ਚਲੋ ਮੈਂ ਤੜਕਾ ਲਗਾ ਦਿੰਨੀ ਹੈ ਨਾ ਸਬਜ਼ੀ ਨੂੰ ਵੀ ਚਲੋ ਤੇ ਇਥੇ ਵੈਸੇ ਫਟਾਫਟ ਮੈਂ ਕੱਦੂ ਕੱਟ ਲਿਆ ਸੀਗਾ ਤੇ ਪਿਆਜ਼ ਵੈਸੇ ਚੋਪ ਕਰ ਦਾਂਗੇ ਨੇ ਆਪਣਾ ਤੇਲ ਗਰਮ ਹੋਊਗਾ ਤੇ ਲਸਣ ਵੀ ਮੈਂ ਫਟਾਫਟ ਕੱਟਿਆ ਜਿਵੇਂ ਇਹਦਾ ਮੇਰੇ ਤੋਂ ਕੱਟਿਆ ਗਿਆ ਜਿਆਦਾ ਬਰੀਕ ਨਹੀਂ ਮੈਂ ਕੱਟਿਆ ਸੀਗਾ ਜਿੰਨੇ ਥੋੜਾ ਥੋੜਾ ਮੋਟਾ ਮੋਟਾ ਜਿਹਾ ਕੱਟ ਲਿਆ ਸੀਗਾ ਤੇ ਕੱਦੂ ਵੀ ਮੈਂ ਫਿਰ ਨਾਲ ਦੀ ਨਾਲ ਸਬਜੀ ਜੋ ਯਾਨੀ ਕਿ ਆਪਣਾ ਪਿਆਜ਼ ਜਦੋਂ ਗਰਮ ਹੋ ਰਿਹਾ ਸੀਗਾ ਉਦੋਂ ਮੈਂ ਅੱਧਾ ਕੱਦੂ ਰਹਿ ਗਿਆ ਸੀਗਾ ਤੇ ਉਹ ਵੀ ਕੱਟ ਲਿਆ ਸੀਗਾ ਹਨਾ ਬਾਅਦ ਚ ਤੇ ਇੱਥੇ ਫਿਰ ਤੇਲ ਗਰਮ ਹੋਣ ਤੋਂ ਬਾਅਦ ਲਸਣ ਤੇ ਪਿਆਜ਼ ਹੀ ਪਾਵਾਂਗੇ ਹਰੀ ਮਿਰਚ ਆਪਣੇ ਹੈ ਨਹੀਂ ਗਈ ਇੱਕ ਦੋ ਦਿਨ ਹੋ ਗਏ ਤਤਮ ਹੋਈ ਪਈਆਂ ਨੇ ਹਰੀ ਮਿਰਚਾ ਤਾਂ ਆਪਣੇ ਪਏ ਬਾਚ ਚਲਦੇ ਡੈਡੀ ਜਦੋਂ ਸਬਜੀ ਗਏ ਸਬਜੀ ਸਬਜੀ ਲੈਣਗੇ ਤੇ ਉਦੋਂ ਮੰਗਵਾਵਾਂਗੇ ਤੇ ਇੱਥੇ ਦੇਖੋ ਭਾਂਡੇ ਭੁੰਨੇ ਮੇਰੇ ਲਾਉਣ ਵਾਲੇ ਪਏ ਨੇ ਮੈਂ ਹਲੇ ਨਹੀਂ ਲਗਾਏ ਹੈਗੇ ਕਿਉਂਕਿ ਮੇਰੀ ਸਬਜੀ ਬਣਾਉਣੀ ਜ਼ਿਆਦਾ ਜ਼ਰੂਰੀ ਹੈ ਤੇ ਛਾਂ ਨੂੰ ਲੈ ਕੇ ਆਉਣਾ ਹੈ ਨਾ ਤੇ ਮੈਂ ਕਿ ਫਟਾਫਟ ਮੈਂ 10 ਮਿੰਟਾਂ ਦੇ ਅੰਦਰ ਅੰਦਰ ਮੈਂ ਤੜਕਾ ਲਾਉਣਾ ਤੇ ਅੱਜ ਮੈਂ ਗੈਸ ਕੱਟ ਕਰਕੇ ਨਹੀਂ ਯਾਨਕਿ ਪਿਆਜ਼ ਭੁੰਨ ਰਹੀ ਹੈਗੀ ਕਿਉਂਕਿ ਤੇਜ਼ ਕੀਤਾ ਹੋਇਆ ਤੇ ਇੱਥੇ ਵੈਸ ਫਟਾਫਟ ਜਦੋਂ ਆਪਣੇ ਪਿਆਜ਼ ਬ੍ਰਾਊਨ ਹੋ ਗਏ ਸੀਗੇ ਆਪਾਂ ਨੇ ਨਨ ਮਿਰਚ ਪਾਤਾ ਸੀਗਾ ਟਮਾਟਰ ਪਾਤਾ ਸੀਗਾ ਬਸ ਫਿਰ ਜਦੋਂ ਬ੍ਰਾਊਨ ਹੋ ਜਾਣਗੇ ਫਿਰ ਆਪਾਂ ਪਾਵਾਂਗੇ ਇਹਦੇ ਚ ਸਬਜੀ ਜਦੋਂ ਤੇਲ ਅਲੱਗ ਹੋ ਜਾਊਗਾ ਨਾ ਸੈਪਰੇਟ ਹੋ ਜਾਊਗਾ ਫਿਰ ਆਪਾਂ ਇਹਦੇ ਚ ਸਬਜੀ ਪਾਵਾਂਗੇ ਹੈਲੋ ਜੀ ਕਿਵੇਂ ਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੇਖੋ ਟਾਈਮ ਤੇ ਨਰਮੀ ਤੇ ਤੇ ਗਾੜੀ ਕਹਿੰਦੇ ਵੀ ਮੈਂ ਸਾਨੂੰ ਨੂੰ ਲੈ ਕੇ ਨਹੀਂ ਆਉਣਾ ਹੈਗਾ ਤੇ ਹੁਣ ਬਸ ਮੈਂ ਲੈ ਕੇ ਆਉਣੀਆ ਟਾਈਮ ਬਿਲਕੁਲ ਪੂਰਾ ਹੋ ਗਿਆ ਪੂਰੇ 12:30 ਹੋ ਗਏ ਨੇ ਤੇ ਬਸ ਸਬਜੀ ਦਾ ਜਦੋਂ ਮਸਾਲਾ ਜਨ ਲਵੇਗਾ ਸਬਜੀ ਪਾ ਕੇ ਤੇ ਬਸ ਨਾਲ ਦੇ ਨਾਲ ਪਾਣੀ ਦਾ ਖੜਿਆ ਬਸ ਨੂੰ ਚੁੱਗੀ ਪਾ ਕੇ ਤੇ ਫਿਰ ਘੱਟ ਗੈਸ ਕਰਕੇ ਫਿਰ ਲੈ ਕੇ ਆਉਣੀ ਹੈ ਬਸ 5 ਮਿੰਟ ਤੱਕ 1 ਮਿੰਟ ਹੋਰ ਮੈਂ ਚਾਬੀ ਲੱਬ ਲਈ ਹੈ ਕੰਮ ਕੰਦੇ ਆਪਣੇ ਵੈਸੇ ਸਾਰੇ ਹੋ ਗਏ ਨੇ ਤੇ ਅੱਜ ਮੈਂ ਦੇਖਦੀ ਆ ਵੀ ਅੱਜ ਮੈਂ ਸ਼ਾਇਦ ਮਸ਼ੀਨ ਤੇ ਬੈਠਾ ਹਾਂ ਥੋੜਾ ਪੋਤਾ ਮਸ਼ੀਨ ਦਾ ਕੰਮ ਕਰਦੀ ਆ ਤੇ ਆਪਣੇ ਵਲੌਗ ਦੇ ਵਿੱਚ ਇੰਜ ਹੀ ਬਣੇ ਰਹਿਣਾ ਅਗਲੇ ਆਪਣੇ ਵਲੌਗ ਦੇ ਵਿੱਚ ਕੋਈ ਕਮੀ ਪੇਸ਼ੀ ਹੁੰਦੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਿਕੇ ਤੇ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰਿਆ ਕਰੋ ਘਟ ਘਟ 7-8 ਮਿੰਟ ਤਾਂ ਦੇਖੋ ਕਰਿਆ ਕਰੋ ਅਗਰ ਜੇ 14-15 ਮਿੰਟ ਦੀ ਵੀਡੀਓ ਹੁੰਦੀ ਹੈ ਅਗਰ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਤੁਸੀਂ ਉਹ ਵੀ ਦੱਸਿਆ ਕਰੋ ਹੈਨਾ ਮਸਾਲਾ ਬਸ ਹਾਂ ਅਜੇ ਤੱਕ ਮਸਾਲਾ ਇਹ ਪਾਣੀ ਅੰਤਾਂ ਦਾ ਨਹੀਂ ਨਾ ਹੁਣ ਤੱਕ ਫੇਰ ਸਮਝੀ ਬੜੀ ਨਰ ਗਈ ਆ ਗੁਰੇ ਮਹਿੰਦੀ ਵੀ ਲਾਣ ਵਾਲੀ ਹੋਈ ਪਈ ਐ ਪੈਕਟ ਮੰਗਾਇਆ ਪਿਆ ਮਹਿੰਦੀ ਦਾ ਦੇਖੋ ਆਹਾ ਇਹ ਬੁਲਾ ਲਗਾਨੀ ਹੈ ਮੈਂ ਮਸਤੀਓ ਮੰਗੇ ਅੱਜ ਹੈਗਾ ਮੰਗਲਵਾਰ ਤੇ ਸ਼ਾਮ ਨੂੰ ਭਿਓ ਕੇ ਰੱਖਾਂਗੇ ਫਿਰ ਕੱਲ ਲਗਵਾਵਾਂਗੇ ਹੈਨਾ ਆ ਦੇਖੋ ਤੇਲ ਅਲੱਗ ਹੋ ਗਿਆ ਮਸਾਲਾ ਇਹਨਾਂ ਆਪਣਾ ਇਹਨੂੰ ਵਧੀਆ ਭੁੰਨ ਲਿਆ ਤੇ ਹੁਣ ਆਪਾਂ ਇਹਦੇ ਚ ਕੱਦੂ ਪਾ ਦਵਾਂਗੇ ਤੇ ਕੱਦੂ ਨਾ ਥੋੜਾ ਜਿਹਾ ਪੱਕਿਆ ਹੋਇਆ ਸੀਗਾ ਤੇ ਫਿਰ ਜਿਹਦੇ ਕਰਕੇ ਮੈਨੂੰ ਕੁੱਕਰ ਚ ਬਣਾਉਣਾ ਪਿਆ ਤੇ ਹੁਣ ਆਪਾਂ ਇਹਨੂੰ ਸੀਟੀਆਂ ਲਵਾਵਾਂਗੇ ਸੀਟੀਆਂ ਤੋਂ ਬਿਨਾ ਫਿਰ ਨਹੀਂ ਬਣੂਗਾ ਇਹ ਇਸ ਕਰਕੇ ਮੈਂ ਵੈਸੇ ਇਹਨੂੰ ਘੱਟ ਗੈਸ ਕਰਕੇ ਸਿਮ ਕਰਕੇ ਤੇ ਫਿਰ ਸਾਨੂੰ ਨੂੰ ਲੈਣ ਗਈ ਸੀਗੀ ਸਿਰਫ ਆਪਣਾ 10 ਮਿੰਟਾਂ ਦਾ ਰਸਤਾ ਆਉਣ ਦਾ ਤੇ ਆ ਦੇਖੋ ਵੈਸੇ ਮੈਂ ਸਾਨੂੰ ਨੂੰ ਲੈ ਆਈਆਂ ਦੇਖ 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 ਰੱਬਾ ਆ ਆ ਤੇ ਆ ਸ਼ਾਰਤਾ ਕਰਦੇ ਹੁੰਦੇ ਨੇ ਫਿਰ ਚਾਤੀ ਹਾਈ ਟੁੱਟੇ ਜੂਗੋ ਛੱਡ ਕਾਤੀ ਹਾਈ ਕਰੋ ਹਾਈ ਗਾਇਜ਼ ਹਾਈ ਦਾਦਾ ਗਾਇਜ਼ ਕਰੋ ਹਾਈ ਗਾਇਜ਼ ਹਾਈ ਦਾਦਾ ਹਾਈ ਗਾਇਜ਼ ਹਾਈ ਦਾਦਾ ਹਾਈ ਗਾਇਜ਼ ਆ ਆ ਦੇਖਾਂ ਲਮਿੰਦੀ ਪਾਣੀ ਦਾ ਦੇ ਦੇ ਤੇ ਦੇਖੋ ਇੱਥੇ ਆਪਣੀ ਸਬਜੀ ਸੀਟੀਆਂ ਲਵਾਤੀ ਸੀਗੀ ਤੇ ਸਬਜੀ ਆਪਣੀ ਬਣੀ ਨਹੀਂ ਸੀਗੀ ਫਿਰ ਮੈਂ ਹੁਣ ਇਹ ਚ ਲਸਣ ਪਾਨ ਲੱਗੀ ਸੀਗੀ ਆਪਾਂ ਨੇ ਜਿਹੜਾ ਕੱਲ ਲਸਣ ਦਿੱਤਾ ਸੀਗਾ ਤੇ ਇਹਨੂੰ ਵੀ ਆਪਾਂ ਨੇ ਬੋਟੀ ਜੀ ਨੂੰ ਧੁੱਪ ਲਵਾ ਕੇ ਰੱਖ ਲਈ ਸੀਗੀ ਤੇ ਹੁਣ ਆਪਾਂ ਇਹ ਚ ਲਸਣ ਵਗੈਰਾ ਪਾ ਕੇ ਰੱਖ ਲੈਣੇ ਆ ਤੇ ਵੈਸੇ ਆਟਾ-ਟਾ ਮੈਂ ਗੁੰਨਿਆ ਪਿਆ ਸੀਗਾ ਸਵੇਰੀ ਗੁੰਨਣ ਹੀ ਹੁੰਦੀ ਹੈ ਦੁਪਹਿਰ ਦਾ ਆਟਾ ਤਾਂ ਹੈਨਾ ਤੇ ਇੱਥੇ ਟਾਈਮ 1 ਵਜ ਗਿਆ ਸੀਗਾ ਹਾਂਜੀ ਸ਼ਾਂਤ ਤੋਂ ਆਉਣ ਤੋਂ ਬਾਅਦ ਫਿਰ ਮੈਂ ਉਹਦੇ ਨਾਲ ਥੋੜੀ ਜਿਹੀ ਸ਼ਰਾਰਤ ਕਰਨੀ ਹੁੰਦੀ ਹੈ ਹੈਨਾ ਪਿਆਰ ਪਿਆਰਾ ਬਹੁਤ ਲੱਗਦਾ ਹੁੰਦਾ ਜਦੋਂ ਸਕੂਲੋਂ ਆ ਜਾਂਦਾ ਥੋੜਾਕਿ ਉਹਦਾ ਨਾ ਚਿਹਰਾ ਉੱtre ਜਿਹਾ ਹੁੰਦਾ ਕਿਊਟ ਜਿਹਾ ਬਣਿਆ ਹੁੰਦਾ ਇਹ ਸਕੂਲ ਤੋਂ ਆਉਂਦੇ ਹੋ ਤੇ ਸਕੂਲ ਚ ਚਲ ਜਾਂਦਾ ਤਾਂ ਵਧੀਆ ਇਹ ਤੇ ਇੱਥੇ ਦੇਖੋ ਇਹਦੀ ਆ ਗਈ ਸੀਗੀ ਫੇਰ ਪੋਟੀ ਫਿਰ ਮੈਂ ਕਿ ਕਈ ਵਾਰੀ ਨਾ ਇਹ ਦੱਸ ਦਿੰਦਾ ਤੇ ਕਈ ਵਾਰੀ ਦੱਸਦਾ ਨਹੀਂ ਹੈਗਾ ਇਹ ਯਾਨੀ ਕਿ ਰੋਕਣ ਦੀ ਕੋਸ਼ਿਸ਼ ਕਰਦਾ ਹੈ ਵੀ ਮੈਂ ਕਰਨੀ ਨਹੀਂ ਹੈਗੀ ਫਿਰ ਮੈਨੂੰ ਇਹਨੂੰ ਡਾਟਦੀ ਹੁੰਦੀ ਆ ਵੀ ਤੂੰ ਇੰਜ ਨਾ ਕਰਿਆ ਕਰ ਹੈਨਾ ਤੇ ਚਲੋ ਜੀ ਫਲੈਸ਼ ਫਲੂ ਵਿੱਚ ਤਾਂ ਵਧੀਆ ਆਪਣਾ ਬਹਿ ਜਾਂਦਾ ਤੇ ਹੁਣ ਇਹਨੇ ਇੱਕ ਲੱਤ ਚ ਦੋਨੇ ਪੈਰ ਪਾ ਲਏ ਸੀਗੇ ਨਿੱਕਰ ਦਿਓ ਪਾ ਕੇ ਘੁੰਮ ਰਿਹਾ ਸੀਗਾ ਬਾਹਰੇ ਝੂਟੇ ਵਗੈਰਾ ਚੋਂ ਲੈ ਰਿਹਾ ਸੀ ਸਲਾਈਡਸ ਲੈ ਰਿਹਾ ਸੀ ਆਪਣੀ ਪੋੜੀਆਂ ਤੇ ਤੇ ਹੁਣ ਮੈਂ ਚਲੋ ਲੱਗ ਜਾਈਂ ਨੀ ਆ ਰੋਟੀ ਬਣਾਣ ਤੇ ਇੱਕ ਕੱਲ ਮੇਰੇ ਭੈਣ ਨੇ ਹੈਨਾ ਆਪਣੇ ਕਮੈਂਟ ਕੀਤਾ ਸੀਗਾ ਦਾ ਗਮੀ ਦਾ ਗੇਮਿੰਗ ਬੀਸਟ ਦੀ ਆਈਡੀ ਤੋਂ ਹੈਨਾ ਉਹਨਾਂ ਨੇ ਕੀਤਾ ਸੀਗਾ ਕਿ ਆਪਾਂ ਆਟੋਮੈਟਿਕ ਜਿਹੜੀ ਮਸ਼ੀਨ ਹੁੰਦੀ ਹੈ ਕੱਪੜੇ ਧੋਣ ਵਾਲੀ ਉਹ ਲੈ ਲਈ ਹੈਨਾ ਫਾਇਦਾ ਹੋ ਜਾਂਦਾ ਹਾਂਜੀ ਫਰੈਂਡ ਉਹਦਾ ਫਾਇਦਾ ਤਾਂ ਦੇਖੋ ਬਹੁਤ ਵੀ ਹੈ ਤੇ ਪਰ ਉਹਦੇ ਚ ਨਾ ਪਾਣੀ ਵੀ ਬਹੁਤ ਜ਼ਿਆਦਾ ਲੱਗਦਾ ਤੇ ਸਰਫ ਵੀ ਬਹੁਤ ਜ਼ਿਆਦਾ ਲੱਗਦਾ ਹੈਨਾ ਯਾਨਕੀ ਇੱਕ ਵਾਰੀ ਚ ਉਹ ਕੱਪੜੇ ਕੱਢ ਕੇ ਸਰਫ ਉਹ ਕਰ ਦਿੰਦੀ ਹੈ ਨਾ ਬੇਸਟ ਕਰ ਦਿੰਦੀ ਹੈ ਤਾ ਕਰਕੇ ਤੇ ਫਿਰ ਮੈਂ ਕਿ ਨਹੀਂ ਆਪਣੇ ਤਾਂ ਕੱਪੜੇ ਜ਼ਿਆਦਾਤਰ ਯਾਨਕਿ ਕੰਮ ਵਾਲੇ ਹੁੰ ਬਹੁਤ ਹੁੰਦੇ ਨੇ ਬਰਸ਼ ਵਗੈਰਾ ਦੇਖੋ ਲਗਾਉਣਾ ਪੈਂਦਾ ਤਾਂ ਕਰਕੇ ਮੈਂ ਆਪਾਂ ਨਹੀਂ ਲੈ ਸਕਦੇ ਹੈਗੇ ਤੇ ਉਹਦੇ ਚ ਪਾਣੀ ਵੀ ਬਹੁਤ ਜ਼ਿਆਦਾ ਬੇਸਟ ਹੁੰਦਾ ਤੇ ਪਰ ਥੈਂਕ ਯੂ ਹੈ ਨਾ ਤੁਸੀਂ ਚਲੋ ਵਧੀਆ ਆਪਾਂ ਨੂੰ ਉਹ ਕੀਤਾ ਪਰ ਕਦੇ ਚਲੋ ਸੋਹਣਾ ਟਾਈਮ ਆਇਆ ਆਪਾਂ ਉਹ ਵੀ ਲੈ ਲਵਾਂਗੇ ਤੇ ਫਿਲਹਾਲ ਤਾਂ ਇਹ ਯਾਨਕਿ ਮੈਂ ਸਿਰਫ 3-4 ਸਾਲ ਹੀ ਹੋਏ ਨੇ ਮਸ਼ੀਨ ਨੂੰ ਲਿਆਂਦੀ ਨੂੰ ਹਲੇ ਬਹੁਤ ਵਧੀਆ ਚੱਲ ਰਹੀ ਹੈ ਬਸ ਅੱਗੇ ਦੇਖਾਂਗੇ ਅੱਗੇ ਚਲੋ ਜਦ ਤੱਕ ਇਹ ਚੱਲਦੇ ਹੋ ਤੱਕ ਆਪਾਂ ਇਹ ਹੀ ਚਲਾਵਾਂਗੇ ਤੇ ਚਲੋ ਜੀ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਕਮੈਂਟ ਕਰਨ ਲਈ ਥੈਂਕ ਯੂ ਫਰੈਂਡ ਤੇ ਤੇ ਇੱਥੇ ਬਸ ਛਾਨੂੰ ਵੀ ਦੇਖੋ ਮੇਰੇ ਨਾਲ ਰੋਟੀ ਚ ਲੋਹਨੇ ਬਣਵਾਤੀ ਐ ਤੇ ਹੁਣ ਆਪਾਂ ਖਾ ਲੈਣੇ ਆ ਰੋਟੀ ਕਿਚਨ ਵਗੈਰਾ ਸਾਫ ਕਰ ਦਨੇ ਆ ਤੇ ਵੀਡੀਓ ਫਿਰ ਬਹੁਤ ਜਿਆਦਾ ਲੰਬੀ ਹੋ ਜਾਣੀ ਆ ਤੇ ਆਪਾਂ ਕੱਲੂ ਫਿਰ ਮਿਲਾਂਗੇ ਨੈਕਸਟ ਵੀਡੀਓ ਵਿੱਚ ਤੇ ਉਦੋਂ ਦੇ ਲਈ ਫਰੈਂਡ ਓਕੇ